ਬਾਪੂ ਕਹਿੰਦਾ ਆਪਾਂ ਨੀ ਜਿੱਤੇ ਬਿਨਾਂ ਜਾਣ ਦਿੰਦੇ ਅੱਜ ਕਿੰਨੇ 100 ਸਕਿੰਟ ਖੜਨੇ ਜੀ 100 ਕਿੰਨੇ ਹੋ ਗਏ ਬਾਈ ਪੈਪ ਘੁੰਮਦਾ ਹੈਗਾ ਚੈੱਕ ਕਰੇ ਵਾਇਰਿੰਗ ਲਾਏ ਜਾਣਾ ਜੀ ਵਿੱਚ ਹਾਂ ਪੈਪ ਤੇ ਖੜਨਾ ਚਾਹੀਦਾ ਨਾ ਚਾਰ ਮਿੰਟ ਕਢਾ ਲਈ ਠੀਕ ਹੈ ਇਹ ਰਾਜ ਹੈ ਜੀ ਵਿੱਚ ਬੈਰਿੰਗ ਲੱਗਿਆ ਜੀ ਹੈ ਨਾ ਕੋਈ ਲੋਕ ਧੜਾ ਧੜ ਲੱਗਿਆ ਆ ਜਾਓ ਤੁਸੀਂ ਵੀ ਕਰ ਲਓ ਚੈੱਕ ਮੁੰਡਾ ਲੱਗਦਾ ਤਾਂ ਫਿੱਟ ਹੈ ਬੋਡੀ ਬੋਡੀ ਤੋਂ ਪਹਿਲਾਂ ਤਾਂ ਇਹ ਜੁੜੂਗਾ ਅੱਜ ਪਹਿਲਾਂ ਜਿੱਤ ਸਕਿਆ ਕੋਈ ਕਿ ਨਹੀਂ ਅੱਜ ਤੱਕ ਦੋ ਜਾਣੇ ਅੱਜ ਆਏ ਮੇਲੇ ਤੇ ਠੀਕ ਹੈ ਕਹਿੰਦਾ ਵੀ ਦੋ ਜਾਣੇ ਜਿੱਤ ਚੁੱਕਿਆ ਸਰਕਾਰ ਅੱਜ ਤੱਕ ਕਿੰਨੇ ਰਹਿ ਗਏ ਸੀ 10 ਰਹਿ ਗਏ ਸੀ 10 ਸਕਿੰਟ ਚੈਲੰਜ ਕਰ ਸਕਦੇ ਅਨੁਜ ਲਾ ਬਾਈ ਯਾਰ ਤੂੰ ਆ ਨਾ ਫਿੱਟ ਲੱਗਦਾ ਥੋੜਾ ਜਿਹਾ